ਸਬਸਕ੍ਰਾਈਬ ਕਰੋ ਮੀ ਇੰਟਰਟੇਨਮੈਂਟ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਦਬਾਓ ਇਸ ਚੈਨਲ ਦੇ ਨਵੇਂ ਅਪਡੇਟ ਦੇ ਲਈ। ਕਿਵੇਂ ਨੇ ਹੋ? ਸਾਰੀ ਦਿਹਾੜੀ ਫੋਨ 'ਚ ਪਤਾ ਨਹੀਂ ਕਿਵੇਂ ਧਾਰੇ ਨੇ। ਆ ਥੱਲੇ ਰੋਹੇ ਦਾ ਡੱਬਾ ਕਿਉਂ ਰੱਖਿਆ? ਇਹ ਫੇਸਬੁੱਕ ਚਲਾਉਣਾ ਅਤੇ ਨਾਲੇ ਹਾਂ ਲੋਹੇ ਦਾ ਡੱਬਾ ਨਹੀਂ, ਇਹ ਪਾਵਰ ਬੈਂਕ ਆ, ਇਹਦੇ ਨਾਲ ਫੋਨ ਚਾਰਜ ਹੁੰਦਾ, ਬਿਜਲੀ ਦਿੰਦਾ ਫੋਨ ਨੂੰ। ਇਹ ਵੇਲਿਆਂ 'ਚ ਤਾਂ ਅਸੀਂ ਦੀਵਿਆਂ ਦੇ ਚਾਨਣ 'ਚ ਕਿਤਾਬਾਂ ਪੜ੍ਹ ਲੈਂਦੇ ਸੀ, ਗੱਲ ਹਾਂ ਅੱਜ ਕੱਲ੍ਹ ਫੋਨਾਂ ਦੇ ਵਿੱਚ ਕਿਤਾਬਾਂ ਆਉਂਦੀਆਂ, ਉਹ ਵੀ ਨਾਲ ਚਾਰਜ ਕਰਨ ਕਰੰਟ ਵਾਲਾ ਡੱਬਾ ਅੱਟ ਦਿੰਦੇ ਆ। ਉਹ ਇਹ ਕਿਤਾਬ ਨਹੀਂ, ਇਹ ਸੋਸ਼ਲ ਸਾਈਟ ਹੁੰਦੀ ਆ ਨਾ। ਹੁਣ ਜੇ ਤੁਸੀਂ ਦੀਵਿਆਂ ਦੇ ਚਾਨਣ 'ਚ ਕਿਤਾਬਾਂ ਪੜ੍ਹੀਆਂ ਤਾਂ ਹੁਣ ਅਸੀਂ ਵੀ ਲਾਈਟਾਂ ਬੰਦ ਕਰਕੇ ਹੁਣ ਦੀਵੇ ਜਗਾਲਿਆ ਕਰੀਏ। ਹਾਂ ਮੈਨੂੰ ਵੀ ਦੱਸ ਦਿਆ ਸੋਸ਼ਲ ਸੱਟ ਕੀ ਹੁੰਦੀ ਆ। ਨਾ ਡੈਡੀ ਤੇਰੇ ਕੰਮ ਦੀ ਚੀਜ਼ ਨਹੀਂ, ਦੱਸੇ ਬਾਅਦ ਹੀ ਪਤਾ ਲੱਗੂ ਹੈ ਨਾ ਵੀ ਆ ਸੋਸ਼ਲ ਸੱਟ ਨਾਲ ਹੁੰਦਾ ਕੀ ਆ। ਮਾੜਾ ਮੋਟਾ ਦੱਸ ਦੇ ਫਿਰ, ਪੜ੍ਹੇ ਲਿਖੇ ਪੁੱਤ ਦਾ ਸੁੱਖ ਕੀ ਹੋਇਆ? ਇਹਦੇ ਨਾਲ ਜੇ ਆਪਾਂ ਕਿਸੇ ਨਾਲ ਦੋਸਤੀ ਕਰਨੀ ਆ ਤਾਂ ਉਹਨੂੰ ਰਿਕੁਐਸਟ ਸੈਂਡ ਕਰ ਦਿੰਦੇ ਹਾਂ, ਅਗਲਾ ਰਿਕੁਐਸਟ ਐਕਸੈਪਟ ਕਰ ਲੈਂਦਾ ਤਾਂ ਫੇਸਬੁੱਕ 'ਤੇ ਹੀ ਦੋਸਤੀ ਹੋ ਜਾਂਦੀ ਉਹਦੇ ਨਾਲ, ਅਤੇ ਫਿਰ ਆਪਾਂ ਉਹਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ। ਦੇਖ ਲਓ ਜਵਾਕਾਂ ਵਾਸਤੇ ਕਿੱਡਾ ਸੁੱਖ ਹੋ ਗਿਆ, ਸਾਡੇ ਵੇਲਿਆਂ 'ਚ 6-6 ਮਹੀਨੇ ਚਿੱਠੀ ਲਿਖ ਕੇ ਜੇਬ 'ਚ ਪਾ ਕੇ ਤੁਰੇ ਕਰਦੇ ਸੀ, ਉਹ ਵੀ ਘੱਸ ਘੁੱਸ ਕੇ ਪੱਟ ਜਾਂਦੀ ਸੀ, ਕਿੱਥੇ ਫੜਾਈਦੀ ਸੀ। ਮਾੜਾ ਮੋਟਾ ਮੈਨੂੰ ਵੀ ਹੱਥ ਚਲਾਉਣਾ ਸਿਖਾ ਦੇ ਫੇਸਬੁੱਕ। ਤੂੰ ਰਹਿਣ ਦੇ, ਇਹ ਤੇਰੇ ਸਮਝ ਨਹੀਂ। ਮਾੜਾ ਜਿਹਾ ਦੇਖ ਕੇ ਦੱਸੀ ਭਲਾ ਵੀ ਜਰਨੈਲ ਦੀ ਬੇਬੇ ਵੀ ਚਲਾਉਂਦੀ ਹੈ ਕਿ ਨਹੀਂ, ਉਹਨੂੰ ਮੈਂ ਦੋਸਤੀ ਵਾਸਤੇ ਭੇਜਣਾ ਸੀ।